ਚੰਡੀਗੜ੍ਹ ਦੇ ਐਲਾਂਟੇ ਮਾਲ ਦੇ ਵਿੱਚ ਬੀਤੇ ਦਿਨ ਹੋਏ ਇੱਕ 11 ਸਾਲ ਦੇ ਬੱਚੇ ਦੀ ਮੌਤ ਮਾਮਲੇ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੀ ਲਗਾਤਾਰ ਐਕਸ਼ਨ 'ਚ ਦਿਖਾਈ ਦੇ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਦੀ ਇਹ ਮਾਲ ਦੇ ਵਿੱਚ ਟੋਇਜ਼ ਹੁੰਦੇ ਆ, ਟੋਇਜ਼ ਟ੍ਰੇਨ ਹੁੰਦੀ ਹੈ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੁੰਦੀਆਂ, ਕਿਸ ਤਰ੍ਹਾਂ ਬੱਚੇ ਦੀ ਸੇਫਟੀ ਮੇਜਰ ਨੂੰ ਲੈ ਕੇ ਕੰਮ ਕੀਤਾ ਜਾਣਾ, ਇਸ ਕਰਕੇ ਹੁਣ ਪੰਜਾਬ ਪੁਲਿਸ ਮੋਹਾਲੀ ਜ਼ਿਲ੍ਹੇ ਦੇ ਬੈਸਟੈਕ ਮਾਲ ਅਸੀਂ ਮੌਜੂਦ ਹਾਂ, ਜਿੱਥੇ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ, ਕਿਉਂਕਿ ਮਕਸਦ ਇਹੀ ਹੈ ਕਿ ਜਿਹੜਾ ਸਹਿਬਾਜ ਦੇ ਨਾਲ ਹੋਇਆ ਉਹ ਕਿਸੇ ਦੇ ਨਾਲ ਨਾ ਹੋਵੇ, ਇਸ ਕਰਕੇ ਜਿੰਨੇ ਵੀ ਪੰਜਾਬ ਦੇ ਮੋਹਾਲੀ ਜ਼ਿਲ੍ਹੇ 'ਚ ਕਾਫੀ ਮਾਲ ਨੇ ਔਰ ਇਹ ਸਾਰੀ ਚੀਜ਼ਾਂ ਨੇ, ਰੋਬੋਟ ਨੇ ਬੱਚਿਆਂ ਦੇ ਜਿਹੜੇ ਬੱਚੇ ਰਾਈਡ ਕਰਦੇ ਆ, ਤਾਂ ਇਹ ਪੂਰਾ ਕਿਸ ਤਰ੍ਹਾਂ ਦੇ ਸੇਫਟੀ ਮੇਜਰ ਹੁੰਦੇ ਨੇ, ਕਿਸ ਤਰ੍ਹਾਂ ਦੀ ਚੀਜ਼ਾਂ ਸਾਰੀ ਧਿਆਨ ਰੱਖਣ ਵਾਲੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਅਧਿਕਾਰੀ ਜਿਹੜੇ ਵੀ ਇੱਥੇ ਦੇ ਮੈਨੇਜਮੈਂਟ ਦੇ ਲੋਕ ਹੈ ਉਹਨਾਂ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ, ਉਹਨਾਂ ਨੂੰ ਉਹਨਾਂ ਦਾ ਸਾਰਾ ਰਿਕਾਰਡ ਕਿਸ ਤਰ੍ਹਾਂ ਦੀ ਸੇਫਟੀ ਮੇਜਰ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਸਾਡੇ ਨਾਲ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ। ਬੱਲ ਸਾਹਿਬ, ਕਿਉਂਕਿ ਕੱਲ ਮੰਦਭਾਗਾ ਇੱਕ ਘਟਨਾ ਹੋਈ ਹੈ ਐਲਾਂਟੇ ਮਾਲ ਦੇ ਵਿੱਚ, ਅੱਜ ਤੁਸੀਂ ਇੱਥੇ ਬੈਸਟੈਕ ਪਹੁੰਚੇ ਹੋ, ਕਿਸ ਤਰ੍ਹਾਂ ਦੀ ਹਿਦਾਇਤਾਂ ਉੱਥੇ, ਕਿਸ ਤਰ੍ਹਾਂ ਦੀ ਚੈਕਿੰਗ? ਬੇਸਿਕਲੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਜੀ, ਅਤੇ ਜਿਹਦੇ ਵਿੱਚ ਬੱਚੇ ਜਿੱਦਾਂ ਸ਼ਹਿਬਾਜ਼ ਵੀ ਮੇਰੇ ਖਿਆਲ ਨਵਾਂ ਸ਼ਹਿਰ ਤੋਂ ਘੁੰਮਣ ਆਇਆ ਸੀ ਐਲਾਂਟੇ ਮਾਲ ਆਪਣੇ ਫੈਮਿਲੀ ਨਾਲ, ਇਹ ਜਿੰਨੇ ਵੀ ਜਿਹੜੀ ਜਿਵੇਂ ਟੋਏ ਜ਼ੋਨ ਦੇ ਵਿੱਚ ਜਿੱਦਾਂ ਇੱਥੇ ਸਾਡੇ ਅਸੀਂ ਸਾਰੇ ਮਾਲਸ ਦੇ ਇਹਨਾਂ ਨੂੰ ਸਪੈਸ਼ਲ ਇੰਸਟਰਕਸ਼ਨਸ ਵੀ ਦੇ ਰਹੇ ਹਾਂ ਵੀ ਇਹਦੇ ਵਿੱਚ ਇਹਨਾਂ ਨੂੰ ਪ੍ਰੋਪਰ ਅਟੈਂਡੈਂਟ ਰੱਖਣਾ ਚਾਹੀਦਾ, ਅਤੇ ਜਿਹੜੇ ਵੀ ਹਰ ਰਾਈਡ ਤੋਂ ਬਾਅਦ ਪ੍ਰੋਪਰ ਉਹਨੂੰ ਕੀ ਕਹਿੰਦੇ ਟੈਕਨੀਕਲੀ ਚੈੱਕ ਵੀ ਕਰਨਾ ਚਾਹੀਦਾ। ਕਈ ਵਾਰ ਜਿਵੇਂ ਜਿਹੜੀ ਉਹ ਟੋਏ ਟ੍ਰੇਨ ਸੀਗੀ ਉਹਦੇ ਜਿਵੇਂ ਕੁੰਡੇ ਸੀ ਵੀ ਉਹ ਕੁੰਡਾ ਕਿਤੇ ਉਹ ਨਹੀਂ ਹੈ ਕਿਤੇ ਕੋਈ ਇਹੋ ਜਿਹੀ, ਕਿਉਂਕਿ ਇਹੋ ਜਿਹਾ ਮਿਸਹੈਪ ਅੱਗੇ ਤੋਂ ਨਹੀਂ ਹੋਣਾ ਚਾਹੀਦਾ। ਇਹਦੇ ਰਿਗਾਰਡ ਦੇ ਵਿੱਚ ਅਸੀਂ ਮਾਣਯੋਗ SSP ਸਾਹਿਬ ਦੇ ਇੰਸਟਰਕਸ਼ਨਾਂ ਨਾਲ ਅਸੀਂ ਸਾਰੀਆਂ ਮਾਲਸ ਜਿਵੇਂ ਮੇਰੇ ਏਰੀਏ 'ਚ CP67 ਹੈ ਅਤੇ ਬੈਸਟੈਕ ਮਾਲ ਹੈ ਅਤੇ ਇਹਨਾਂ ਨੂੰ ਅਸੀਂ ਪ੍ਰੋਪਰ ਚੈਕਿੰਗ ਕਰਨ ਆਏ ਹਾਂ ਅਤੇ ਇਹਨਾਂ ਨੂੰ ਅਸੀਂ ਜਿਹੜੀਆਂ ਸੇਫਟੀ ਮੈਜਰਸ ਦੀਆਂ ਸਾਰੀਆਂ ਹਦਾਇਤਾਂ ਵੀ ਦਿੱਤੀਆਂ ਅਤੇ ਇਹਨਾਂ ਦੇ ਓਨਰਸ ਨੂੰ ਅਸੀਂ ਲਿਖਤੀ ਚਿੱਠੀਆਂ ਵੀ ਜਾਰੀ ਕੀਤੀਆਂ। ਠੀਕ ਹੈ ਸਰ, ਕਿਉਂਕਿ ਮੈਡਮ ਜਿੱਦਾਂ ਤੁਸੀਂ ਸਾਨੂੰ ਦੱਸ ਰਹੇ ਸੀਗੇ ਇਹ ਸਾਰਾ ਰੋਬੋਟ ਹੈ, ਇਹ ਬੱਚਾ ਬੈਠਦਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਦੇ ਉਹਦੇ 'ਚ ਸੇਫਟੀ ਮੇਜਰ ਰੱਖਦੇ? ਅਗਰ ਬੱਚਾ ਆਪਕਾ ਛੋਟਾ ਹੈ ਤੋ ਪੇਰੈਂਟਸ ਸਾਥ ਮੇਂ ਬੈਠੇਂਗੇ, ਸੀਟ ਬੈਲਟ ਲਗੀ ਹੋਤੀ ਹੈ ਇਸਮੇਂ, ਔਰ ਸਾਥ ਮੇਂ ਹਮਾਰਾ ਸਟਾਫ ਸਾਥ ਮੇਂ ਹੋਤਾ ਹੈ ਇਸਮੇਂ। ਠੀਕ ਹੈ, ਤੇ ਅਟੈਂਡੈਂਟ ਜਿਹੜਾ ਸਰ ਨੇ ਕਿਹਾ ਅਟੈਂਡੈਂਸ ਹੁੰਦੇ ਨਾਲ? ਹਾਂਜੀ, ਨਾਲ ਹੁੰਦੇ ਆ। ਠੀਕ ਹੈ, ਹਾਂਜੀ। ਤੇ ਤੁਹਾਡੇ ਕੋਲ ਟੋਏ ਟ੍ਰੇਨ ਵੀ ਸੀਗੀ, ਹੁਣ ਉਹ ਬੰਦ ਹੋ ਗਏ ਸਾਡਾ? ਉਹ ਬੰਦ ਕੀਤੀ। ਹਾਂਜੀ ਸਰ, ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਹੈ ਜਿੱਦਾਂ ਤੁਸੀਂ ਇੰਸਟਰਕਸ਼ਨਸ ਵੀ ਦੇ ਰਹੇ ਹੋ, ਸੇਫਟੀ ਮੇਜਰ ਵਾਸਤੇ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਇਹ ਜਿਹੜੀ ਹੈਗੀ ਹੈ ਨਾ ਜੀ, ਜਿਵੇਂ ਤੁਸੀਂ ਆਹ ਰੋਬੋਟ ਹੀ ਹੈ, ਇਹਦੇ ਵਿੱਚ ਜੇ ਉਹ ਸੀਟ ਬੈਲਟ ਨਹੀਂ ਲੱਗੀ ਹੋਊਗੀ ਤਾਂ ਕਿਸੇ ਟਾਈਮ ਵੀ ਹਯੋਕੇ ਨਾਲ ਉਹ ਹਾਦਸਾ, ਬੰਦਾ ਕੋਈ ਇਹੋ ਜਿਹਾ ਮਿਸਹੈਪ ਹੋ ਸਕਦਾ। ਅਤੇ ਪੇਰੈਂਟਸ ਨੂੰ ਵੀ ਇਹ ਹੈ ਵੀ ਜਦੋਂ ਵੀ ਕਈ ਵਾਰ ਬੱਚੇ ਨਵੀਂ ਨਵੀਂ ਕੋਈ ਚੀਜ਼ ਵੇਖਦੇ ਹੈ ਅਤੇ ਥੋੜ੍ਹਾ ਜਿਹਾ ਉਹ ਚਾਂਬਲਦੇ ਵੀ ਹੈ ਅਤੇ ਮਤਲਬ ਥੋੜ੍ਹਾ ਜਿਹਾ ਖੁਸ਼ੀ ਵੀ ਮਤਲਬ ਓਵਰ ਜੋਏ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਹੋ ਜਾਂਦਾ। ਉਹਦੇ ਨਾਲ ਕੀ ਹੈ ਵੀ ਪੇਰੈਂਟਸ ਨੂੰ ਵੀ ਆਪਣੇ ਤੌਰ 'ਤੇ ਵੀ ਇਹਦੇ 'ਤੇ ਤੁਹਾਨੂੰ ਸਪੈਸ਼ਲ ਧਿਆਨ ਦੇਣਾ ਚਾਹੀਦਾ, ਪੇਰੈਂਟਸ ਵੀ ਨਾਲ। ਹਾਂ ਬਿਲਕੁਲ, ਅਤੇ ਅਟੈਂਡੈਂਟ ਜਿੱਦਾਂ ਮੈਂ ਇਹਨਾਂ ਨੂੰ ਦੱਸਿਆ ਅਤੇ ਹਰ ਰਾਈਡ ਤੋਂ ਬਾਅਦ ਜਿਵੇਂ ਟੋਏ ਟ੍ਰੇਨ ਹੈ ਉਹਦੀ ਹਰ ਰਾਈਡ ਤੋਂ ਬਾਅਦ ਉਹਦੀ ਪ੍ਰੋਪਰ ਟੈਕਨੀਕਲੀ ਚੈੱਕ ਹੋਣੀ ਚਾਹੀਦੀ, ਮਕੈਨੀਕਲੀ ਵੀ। ਠੀਕ ਹੈ, ਅਤੇ ਸਰ ਹੋਰ ਜਿੰਨੇ ਵੀ ਮਾਲਸ ਹੈ ਉਸੇ ਤੁਸੀਂ ਪ੍ਰੈਜੈਂਟ, ਤੁਸੀਂ ਖੁਦ ਫਿਜ਼ੀਕਲ ਜਾ ਕੇ? ਬਿਲਕੁਲ ਜੀ, ਮੈਂ ਆਪਣੇ ਆਪਣੇ SHO ਸਹਿਬਾਨ ਨਾਲ, ਆਪਣੀ ਫੋਰਸ ਨਾਲ, ਅਸੀਂ ਤਾਂ ਕਿ ਇਹੋ ਜਿਹਾ ਅੱਗੇ ਤੋਂ ਕੋਈ ਇਹੋ ਜਿਹਾ ਮਿਸਹੈਪ ਨਾ ਹੋਵੇ ਜਿਹੜਾ ਕਿ ਆਪਣੇ ਬੱਚੇ ਸ਼ਹਿਬਾਜ਼ ਨਾਲ ਹੋਇਆ। ਅਤੇ ਬੜੀ ਮੰਦਭਾਗੀ ਘਟਨਾ ਹੋਈ ਹੈ ਐਲਾਂਟੇ 'ਚ, ਅਤੇ ਫਿਰ ਵੀ ਅਸੀਂ ਆਪਣੇ ਏਰੀਏ ਦੇ ਵਿੱਚ ਸਭ ਨੂੰ ਸਪੈਸ਼ਲ ਪ੍ਰਕੋਸ਼ਨ। ਸਾਹਿਬ, ਇੱਕ ਸਵਾਲ ਇਹਦੇ ਵਿੱਚ ਹੈ ਕਿ ਜਿਸ ਤਰ੍ਹਾਂ ਦੇ ਇਹ ਕੱਲ੍ਹ ਐਲਾਂਟੇ ਮਾਲ 'ਚ ਹੋਇਆ, ਇਸ ਤਰ੍ਹਾਂ ਦੇ ਹੈਗੇ, ਮੈਨੇਜਮੈਂਟ ਕਹਿੰਦੀ ਹੈ ਕਿ ਅਸੀਂ ਕੰਟਰੈਕਟ 'ਤੇ ਦਿੱਤਾ ਹੋਇਆ, ਅੱਗੇ ਤੋਂ ਅੱਗੇ ਰਿਸਪੋਂਸੀਬਿਲਿਟੀ ਕਿਸੇ ਦੀ ਫਿਕਸ ਹੋਣੀ ਚਾਹੀਦੀ? ਬੇਸਿਕਲੀ ਕੰਟਰੈਕਟਰ ਦੀ ਤਾਂ ਰਿਸਪੋਂਸੀਬਿਲਿਟੀ ਹੋਊਗੀ ਅਤੇ ਮੈਂ ਇਸ ਗੱਲ ਨਾਲ ਇਹ ਵੀ ਕਹਿੰਦਾ
ਵੀ ਮਾਲਸ ਵਾਲਿਆਂ ਨੂੰ ਵੀ ਮਤਲਬ ਇਹਨਾਂ ਨੂੰ ਕੀ ਕਹਿੰਦੇ ਸੁਪਰਵਾਈਜ਼ ਕਰਨਾ ਚਾਹੀਦਾ ਆਪਣੇ ਤੌਰ 'ਤੇ, ਜਿਹੜੇ ਵੀ ਇਹਨਾਂ ਦੇ ਮੈਨੇਜਰ ਹੈ, ਵੈਦਰ ਵੀ ਇਹ ਆਪਣੇ ਇਹ ਆਪਣੀ ਡਿਊਟੀ ਤੋਂ ਤਾਂ ਨਹੀਂ ਭੱਜ ਰਹੇ। ਜਿਵੇਂ ਜਿਹੜੇ ਵੀ ਜਿਵੇਂ ਬੈਸਟਕ ਦੇ ਜਿਹੜਾ ਮੈਨੇਜਰ ਹੈ, ਈ ਸ਼ੁੱਡ ਆਲਸੋ ਸੀ ਵੀ ਕੀ ਕਹਿੰਦੇ ਇਹਦੇ ਵਿੱਚ ਆ ਕੇ ਆਪਣੇ ਵੇਖਣਾ ਚਾਹੀਦਾ ਉਹਨਾਂ ਨੂੰ ਵੀ ਕੀ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਬਿਲਕੁਲ ਬਿਲਕੁਲ, ਜਿੱਦਾਂ ਸਾਹਮਣੇ ਦੱਸਿਆ, ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਸਪੋਜ਼ ਇੱਕ ਰੋਬੋਟ ਹੈ ਔਰ ਇਹਦੇ 'ਚ ਜੇਕਰ ਇਹ ਸੀਟ ਬੈਲਟ ਹੈ, ਇਹ ਜਿੱਦਾਂ ਮੈਮ ਨੇ ਵੀ ਦੱਸਿਆ ਸੀਟ ਬੈਲਟ ਹੈ, ਜਿੱਦਾਂ ਸਾਹਮਣੇ ਵੀ ਦੱਸਿਆ ਇਹ ਸੀਟ ਬੈਲਟ ਬਹੁਤ ਜ਼ਰੂਰੀ ਹੈ। ਜੇਕਰ ਸੀਟ ਬੈਲਟ ਬੱਚਾ ਨਹੀਂ ਲਾਉਂਦਾ ਤਾਂ ਉਹ ਜਿਹੜਾ ਹੈਗਾ ਕੋਈ ਹਾਦਸਾ ਵੀ ਹੋ ਸਕਦਾ ਹੈ, ਇਹ ਜਿੱਦਾਂ ਇਸ ਚੱਲਦਾ ਹੈ ਪੂਰਾ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਬਹੁਤ ਧਿਆਨ ਦੇਣ ਵਾਲੀ ਚੀਜ਼ਾਂ, ਇਸ ਤਰ੍ਹਾਂ ਦੀ ਜਿਹੜੀ ਮਸ਼ੀਨਰੀ ਹੈ ਇਹ ਪੂਰੇ ਮਾਲ ਦੇ ਵਿੱਚ ਘੁੰਮਦੀ ਹੈ, ਇਹਦੇ ਵੀ ਦੇਖਣ, ਕਿਉਂਕਿ ਬੱਚੇ ਜਿਹੜੇ ਹੈ ਉਹ ਇੰਜੋਏ ਕਰਦੇ ਆ, ਇੰਜੋਏ ਕਰਦੇ ਕਰਦੇ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸ਼ਰਾਰਤਾਂ ਵੀ ਕਰਦੇ ਆ ਕਿਉਂਕਿ ਬੱਚੇ ਹੈ। ਲੇਕਿਨ ਇਹ ਰਿਸਪੋਂਸੀਬਿਲਿਟੀ ਕਿਹਦੀ ਹੈ, ਇਹ ਮੈਨੇਜਮੈਂਟ ਦੀ ਵੀ ਰਿਸਪੋਂਸੀਬਿਲਿਟੀ ਬਣਦੀ ਹੈ, ਨਾਲ ਦੇ ਨਾਲ ਪੇਰੈਂਟਸ ਦੀ ਵੀ ਇੱਕ ਰਿਸਪੋਂਸੀਬਿਲਿਟੀ ਬਣਦੀ ਹੈ, ਕਿਉਂਕਿ ਜਿਹੜੇ ਮਾਲਸ ਨੇ ਜਾਂ ਜਿਹੜੇ ਝੂਲੇ ਲੱਗਦੇ ਨੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ, ਕਿਸ ਤਰ੍ਹਾਂ ਦੇ ਝੂਲੇ, ਉਹਨਾਂ ਦੇ ਨਟ ਬੋਲਟ ਜਿਹੜੇ ਹੈ ਟਾਈਟ ਹੈ ਜਾਂ ਨਹੀਂ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਜਿਹੜੇ ਟੋਇਜ਼, ਜਿਹੜੀ ਬੱਸਿਸ ਨੇ, ਟੋਇ ਜਿਹੜੇ ਮੋਟਰਸਾਈਕਲ ਨੇ, ਟੋਇ ਟ੍ਰੇਨ ਨੇ, ਇਹ ਸਾਰੀ ਚੀਜ਼ਾਂ ਦਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਧਿਆਨ ਰੱਖਣਾ। ਕਿਉਂਕਿ ਕੱਲ ਜਿਹੜਾ ਹਾਦਸਾ ਹੋਇਆ, ਹਾਲਾਂਕਿ ਮਾਮਲਾ ਦਰਜ ਹੋ ਗਿਆ, 304 ਏ ਦਾ ਮਾਮਲਾ ਦਰਜ ਹੋਇਆ, ਇਹਦੇ ਵਿੱਚ ਡਰਾਈਵਰ ਨੂੰ ਵੀ ਅਰੈਸਟ ਕਰ ਲਿਆ, ਲੇਕਿਨ ਰਿਸਪੋਂਸੀਬਿਲਿਟੀ ਕਿਸ ਦੀ ਸੀਗੀ? ਇੱਕ ਵੱਡਾ ਕਹਿ ਸਕਦੇ ਹਾਂ ਕਿ ਸਹਿਬਾਜ਼ ਹੁਣ ਇਸ ਦੁਨੀਆਂ 'ਚ ਨਹੀਂ ਰਿਹਾ, ਸਾਡੇ ਵਿੱਚ ਨਹੀਂ ਰਿਹਾ, ਲੇਕਿਨ ਉਹਨੂੰ ਨਹੀਂ ਪਤਾ ਸੀਗਾ ਕਿ ਨਵਾਂ ਸ਼ਹਿਰ ਤੋਂ ਇੱਥੇ ਘੁੰਮਣ ਆਪਣੇ ਪਰਿਵਾਰ ਦੇ ਨਾਲ ਆਇਆ ਔਰ ਇੰਨਾ ਵੱਡਾ ਹਾਦਸਾ ਹੋ ਗਿਆ, ਜਿਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ, ਖਾਸ ਤੌਰ 'ਤੇ ਮੋਹਾਲੀ 'ਚ ਜਿੰਨੇ ਵੀ ਮਾਲਸ ਨੇ, CP67, ਬੈਸਟੈਕ, VR, ਸਾਰਿਆਂ 'ਚ ਜਿਹੜਾ ਹੈਗਾ ਉਹ ਚੈਕਿੰਗ ਕੀਤੀ ਜਾ ਰਹੀ ਹੈ। ਜਿੰਨੇ ਵੀ ਇਹਨਾਂ ਦੇ ਅਟੈਂਡੈਂਸ ਨੇ, ਮੈਨੇਜਮੈਂਟ ਹੈ, ਉਹਨਾਂ ਨੂੰ ਬੁਲਾ ਕੇ ਇੱਕ ਮੀਟਿੰਗ ਜਿਹੜੀ ਹੈਗੀ ਹੈ ਉਹ ਵੀ ਕੀਤੀ ਜਾ ਰਹੀ ਔਰ ਸਰ ਨੇ ਜਿੱਦਾਂ ਦੱਸਿਆ ਕਿ ਪੂਰਾ ਲਿਖਿਤ 'ਚ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਪੂਰਾ ਦੇਖਿਆ ਜਾ ਰਿਹਾ ਔਰ ਟਾਈਮ ਟੂ ਟਾਈਮ ਇਹ ਸਾਰੇ ਜਿੰਨੇ ਵੀ ਝੂਲੇ ਹੈ, ਜਿੰਨੇ ਵੀ ਟੋਏ ਜਿਹੜੇ ਹੈਗੇ ਚੱਲਣ ਵਾਲੇ ਹੈ, ਉਹਨਾਂ ਦੀ ਵੀ ਚੈਕਿੰਗ ਕੀਤੀ ਜਾਵੇ ਔਰ ਹਰ ਰਾਈਡ ਤੋਂ ਬਾਅਦ ਚੈੱਕ ਕੀਤਾ ਜਾਵੇ ਜਿਹਨਾਂ ਦੇ ਉਹਨਾਂ ਦੇ ਨਟ ਬੋਲਟਸ ਕੋਈ ਹੈਗੇ ਜਾਂ ਟੈਕਨੀਕਲ ਕੋਈ ਪ੍ਰੋਬਲਮ ਹੈ ਜਾਂ ਸੀਟ ਬੈਲਟ ਹੈਗੀ ਹੈ ਜਾਂ ਫਿਰ ਜਾਲੀਆਂ ਜਿਹੜੀ ਹੈ ਟੋਏ ਟ੍ਰੇਨ 'ਤੇ ਹੈ, ਉਹਨੂੰ ਲੈ ਕੇ ਵੀ ਹੁਣ ਪੂਰੀ ਇੰਸਟਰਕਸ਼ਨ ਦਿੱਤੀ ਹੈ ਕਿ ਅੱਗੇ ਇਨ ਫਿਊਚਰ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਹੋਵੇ, ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਉਹ ਨਾ ਹੋਵੇ।